ਗੁੱਡ ਮਾਰਨਿੰਗ ਤੇ ਸਾਰੇ ਮੇਰੇ ਭੈਣ ਭਰਾਵੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਕਲਵਨ ਸਿੰਘ ਢਾਲੀਵਾਲ ਤੇ ਸਾਡੀ ਵਰਲਡ ਕੈਂਸਰ ਕੇਅਰ ਦੀ ਟੀਮ ਮੈਂ ਆਪਣੇ ਛੋਟੇ ਜਿਹੇ ਪਿੰਡ ਇੰਗਲੈਂਡ ਦੇ ਵਾਰਿੰਗਟਨ ਨੀਅਰ ਮਾਂਚੈਸਟਰ ਤੋਂ ਤੁਹਾਡੇ ਨਾਲ ਅੱਜ ਗੱਲਬਾਤ ਕਰ ਰਿਹਾ ਦੋਸਤੋ ਅਸੀਂ ਸਾਰੇ ਵਰਲਡ ਦੀ ਮੇਰੀ ਪੰਜਾਬੀ ਭੈਣ ਭਰਾਵਾਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਹਰ ਸੰਡੇ ਅਸੀਂ ਹਰ ਕੈਂਸਰ ਜਿਹੜੇ ਪ੍ਰੋਮਿਨੈਂਟ ਕੈਂਸਰ ਪਾਏ ਜਾਂਦੇ ਆ ਠੀਕ ਹੈ ਉਨਾ ਵਾਰੀ ਤੁਹਾਡੇ ਨਾਲ ਅਸੀਂ ਹਰ ਸੰਡੇ ਇੱਥੇ ਗੱਲਬਾਤ ਕਰਿਆ ਕਰਾਂਗੇ ਠੀਕ ਹੈ ਐਂਡ ਵਰਲਡ ਕੈਂਸਰ ਕੇਅਰ 8 ਕੈਂਸਰ ਔਨ ਦਾ ਰੋਡ ਚੈੱਕ ਅਪ ਕਰਦੀ ਹੈ ਜਿਹੜੇ ਟੂ ਕਾਮਨ ਕੈਂਸਰ ਪਾਏ ਜਾਂਦੇ ਆ ਠੀਕ ਹੈ ਐਂਡ ਅੱਜ ਅਸੀਂ ਉਹਨਾਂ ਦੇ ਵਿੱਚੋਂ ਕੈਂਸਰ ਨੰਬਰ 3 ਤੇ ਆ ਗਏ ਠੀਕ ਹੈ ਲਾਸਟ ਵੀਕ ਅਸੀਂ ਬੱਚੇਦਾਨੀ ਦਾ ਕੀਤਾ ਸੀ ਆਹ ਸੌਰੀ ਬ੍ਰੈਸਟ ਕੈਂਸਰ ਦਾ ਕੀਤਾ ਸੀ ਅੱਜ ਅਸੀਂ ਤੁਹਾਡੇ ਨਾਲ ਬੱਚੇਦਾਨੀ ਦਾ ਕੈਂਸਰ ਦੀ ਸਾਰੀ ਗੱਲਬਾਤ ਕਰਾਂਗੇ ਦੋਸਤੋ ਆਪਾਂ ਪਹਿਲਾਂ ਬਾਬੇ ਨਾਨਕ ਜੀ ਨੂੰ ਲੈ ਕੇ ਆਉਨੇ ਆ 550 ਸਾਲ ਗੁਨਾਖਦੇਵ ਜੀ ਨੇ ਬਹੁਤ ਹੀ ਪਵਿੱਤਰ ਬਾਣੀ ਰਚੀ ਉਹਦਾ ਸ਼ਬਦ ਹੈ ਸੋ ਕਿਉ ਮੰਦਾ ਆਖੀਏ ਜਿਸ ਜੰਮੇ ਰਾਜਾ ਸੋ ਕਿਉ ਮੰਦਾ ਆਖੀਏ ਜਿਸ ਜੰਮੇ ਰਾਜਾ ਔਰਤ ਰਾਜੇ ਮਹਾਰਾਜੇ ਪੈਦਾ ਕਰਦੀ ਹੈ ਪਰੰਤੂ ਸਭ ਤੋਂ ਵੱਧ ਕੈਂਸਰ ਸਾਡੀ ਮਾਂ ਤੇ ਭੈਣ ਨੂੰ ਚਿੰਬੜਦਾ ਆਪਾਂ ਉਹਨਾਂ ਨੂੰ ਬਚਾਣਾ ਵਰਡ ਕੈਂਸਰ ਪੂਰੀ ਕਮਿਟਿਡ ਹੈ ਇਹ ਇਹ ਜਿਹੜੀਆਂ ਸਾਡੀਆਂ ਹਾਰ ਸੰਡੇ ਇੰਟਰੋਡਿਊਸ ਆਉਣਗੀਆਂ ਇਹ ਇਹ ਸਾਡੀ ਮਾਂ ਭੈਣ ਨੂੰ ਬਚਾਉਣ ਦੇ ਪੂਰਾ ਜੋਰ ਲਾ ਰਹੇ ਠੀਕ ਹੈ ਸਾਡੀ ਪੂਰੀ ਕੋਸ਼ਿਸ਼ ਹੈ ਕਿ ਕਿਸੇ ਭੈਣ ਦੀ ਜ਼ਿੰਦਗੀ ਅਸੀਂ ਜਾਇਨ ਨਹੀਂ ਜਾਣ ਦੇਣੀ ਆਓ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਹੈ ਅੱਜ ਅਸੀਂ ਪੱਚੇਦਾਨੀ ਦੇ ਕੈਂਸਰ ਦੀ ਗੱਲ ਕਰਦੇ ਹਾਂ ਕਿਉਂ ਹੁੰਦਾ ਤੇ ਕਿਵੇਂ ਬਚਣਾ ਹੈ ਤੋਂ ਠੀਕ ਹੈ ਅ ਪਹਿਲੀ ਗੱਲ ਤਾਂ ਅਗਰ ਕਿਸੇ ਦੀ ਮਾਂ ਨੂੰ ਕੈਂਸਰ ਹੈ ਤੇ ਗਾਉ ਦੀਆਂ ਦੋ ਬੇਟੀਆਂ ਉਹ ਵਿਚਾਰੀਆਂ ਖਤਰੇ ਦੇ ਵਿੱਚ ਆ ਜਾਂਦੀਆਂ ਕਿਉਂਕਿ ਉਹ ਬਾਡੀ ਦੇ ਜੀਨਸ ਮਾਂ ਦਾ ਉਹ ਬੇਟੀਆਂ ਚ ਆ ਸਕਦੇ ਆ ਠੀਕ ਹੈ ਇੱਕ ਉਹ ਬੇਟੀਆਂ ਨੂੰ ਐਕਸਟਰਾ ਖਿਆਲ ਰੱਖਣਾ ਚਾਹੀਦਾ ਜਦੋਂ ਏਜ 15 ਸਾਲ ਤੋਂ 16 ਹੋ ਜੇ ਉਸੇ ਵਕਤ ਤੋਂ ਖਿਆਲ ਰੱਖਣਾ ਸ਼ੁਰੂ ਕਰ ਦੇਣਾ ਚਾਹੀਦਾ ਕੋਈ ਵੀ ਤੁਹਾਡੇ ਜਿਹੜੇ ਮੰਥਲੀ ਪੀਰੀਅਡ ਆਉਂਦੇ ਆ ਉਹਦੇ ਵਿੱਚ ਇਰੈਗੂਲਰਟੀ ਆਂਦੀ ਹੈ ਉਸੇ ਵਕਤ ਡਾਕਟਰ ਤੋਂ ਚੈੱਕਅਪ ਕਰਾਓ ਠੀਕ ਹੈ ਸਾਡੀ ਵਰਡ ਕੈਂసర్ ਦੀਆਂ ਟੀਮਾਂ ਪਿੰਡਾਂ 'ਚ ਫਿਰ ਰਹੇ ਨੇ ਤੇ ਜਾ ਕੇ ਸਾਡੀ ਫੀਮੇਲ ਡਾਕਟਰ ਨਾਲ ਕੋਈ ਔਰਤ ਜੱਕ ਜਾਂਦੀ ਹੈ ਮੇਰੀ ਮਾਂ ਭੈਣ ਸਾਡੀਆਂ ਫੀਮੇਲ ਡਾਕਟਰ ਬੈਠੇ ਆ ਉਹਨਾਂ ਨਾਲ ਜਾ ਕੇ ਖੁੱਲ ਕੇ ਡਿਸਕਸ ਕਰੋ ਲੁਕੋਣਾ ਨਹੀਂ ਕੁਝ ਵੀ ਕੁਝ ਨਹੀਂ ਲੁਕਾਉਣਾ ਕੁਝ ਹਾਈਡ ਨਹੀਂ ਕਰਨਾ ਬਿਲਕੁਲ ਖੁੱਲ ਕੇ ਆਦਾ ਦੁੱਖ ਉਹਨਾਂ ਦੇ ਮੂਰੇ ਰੱਖਣਾ ਉਹ ਤੁਹਾਨੂੰ ਅਸੀਂ ਪੂਰਾ ਗਾਈਡ ਕਰਾਂਗੇ ਐਂਡ ਸਾਡੀ ਮੈਡੀਕਲ ਦੀ ਟੀਮ ਵੀ ਸਾਰੀ ਬੈਠ ਗਈ ਜਿਹੜੀਆਂ ਮਾਵਾ ਭੈਣਾਂ ਦੇ ਕੋਈ ਕੁਐਸਚਨ ਵੀ ਹੈ ਜਕੜ ਦੀ ਲੋੜ ਨਹੀਂ ਐਂਡ ਸਾਡੇ ਫੀਮੇਲ ਡਾਕਟਰ ਵੀ ਬੈਠੇ ਆ ਤੇ ਮੇਲ ਵੀ ਠੀਕ ਹੈ ਐਂਡ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂਗੇ ਅਸੀਂ ਠੀਕ ਹੈ ਇੱਕ ਤਾਂ ਹੋ ਗਏ ਪਹਿਲੇ ਜੀਨਸ ਮੇਰੀ ਮਾਂ ਨੂੰ ਕੈਂਸਰ ਸੀ ਤੇ ਮੇਰੀਆਂ ਭੈਣਾਂ ਨੂੰ ਹੋਣ ਨੂੰ ਬਹੁਤ ਖਤਰਾ ਹੈ ਠੀਕ ਹੈ ਕੀ ਕੀ ਲੱਛਣ ਹਨ ਕਿੰਨਾਂ ਮਾਵਾ ਭੈਣਾਂ ਨੂੰ ਪੀਰੀਅਡ ਦੇ ਵਿੱਚ ਬਹੁਤ ਜ਼ਿਆਦਾ ਖੂਨ ਆਉਂਦਾ ਐਕਸੈਸ ਆਉਂ ਓਵੀ ਚੈੱਕਅਪ ਕਰੋਨਾ ਬਹੁਤ ਜ਼ਰੂਰੀ ਹੈ ਕੀ ਰੀਜ਼ਨ ਹੈ ਠੀਕ ਹੈ ਇਹਨੂੰ ਕੈਂਸਰ ਨਹੀਂ ਹਜੇ ਬਣਿਆ ਇਹ ਕੈਂਸਰ ਤੋਂ ਬਚਣ ਦੀਆਂ ਪਹਿਲੀਆਂ ਚੀਜ਼ਾਂ ਹੈ ਜਿਨ੍ਹਾਂ ਤੇ ਆਪਾਂ ਖਿਆਲ ਰੱਖਣਾ ਹੈ ਅਵੇਰਨੈਸ ਠੀਕ ਹੈ ਦੂਸਰੀ ਜਿਹੜੀਆਂ ਮਾਵਾਂ ਭੈਣਾਂ ਮੰਥਲੀ ਦੇ ਵਿੱਚ ਡਰਟੀ ਕਲੋਥ ਯੂਜ਼ ਕਰਦੀਆਂ ਮੈਂ ਅੱਜ ਵਾਰਨਿੰਗ ਦੇਣਾ ਐਂਡ ਸਖਤ ਹੀ ਨਾ ਕਹਿਣਾ ਆਪਣੀਆਂ ਮਾਵਾਂ ਤੇ ਭੈਣਾਂ ਨੂੰ ਠੀਕ ਹੈ ਡਰਟੀ ਕਲੋਥ ਨਹੀਂ ਯੂਜ਼ ਕਰਨੇ ਪ੍ਰੋਪਰ ਸੈਨੀਟੇਸ਼ਨ ਗੁੱਡ ਪੈਡ ਯੂਜ਼ ਕਰਨੇ ਹੈ ਠੀਕ ਹੈ ਇੱਕ 35 ਜਾਂ 30 ਰੁਪਏ ਦਾ ਉਹ ਪੈਕਟ ਆ ਜਾਂਦਾ ਜਾਂ 50 ਰੁਪਏ ਦਾ ਆ ਜਾਂਦਾ ਠੀਕ ਹੈ ਉਹ 50 ਰੁਪਏ ਖਰਚ ਦਿਓ ਠੀਕ ਹੈ ਤੁਹਾਡੇ 4-5 ਮਹੀਨੇ ਨਿਕਲ ਜਾਣਗੇ ਪਰੰਤੂ ਜੇ ਉਹ 50 ਰੁਪਏ ਦਾ ਤੁਸੀਂ ਸਰਫਾ ਕਰ ਗੀਆਂ ਤੇ ਮੇ ਵੀ ਕੱਲ ਨੂੰ 5 ਲੱਖ ਲੱਗ ਜੇ ਤੇ ਜਾਨ ਫੇਰ ਵੀ ਨਹੀਂ ਬਚਣੀ ਤੇ ਮੇਰਾ ਸੁਣ ਲਓ ਪੁਆਇੰਟ ਸੁਣ ਲਓ 50 ਰੁਪਏ ਸੈਨੀਟੇਸ਼ਨ ਪੈਡ ਤੇ ਕਿ 5 ਲੱਖ ਬਾਅਦ ਚ ਖਰਚਣਾ ਜਦੋਂ ਕੈਂਸਰ ਹੋ ਗਿਆ ਤੇ ਜ਼ਿੰਦਗੀ ਮੁਸ਼ਕਲ ਹੀ ਮਿਲਦੀ ਆ ਬਾਅਦ ਦੇ ਵਿੱਚ ਠੀਕ ਹੈ ਇਹ ਆਪਣੀਆਂ ਬਹੁਤ ਵੱਡੀਆਂ ਗਲਤੀਆਂ ਹੈ ਇਹ ਇਸ ਪਾਰਟ ਆਫ आवर ਅਵੇਅਰਨੈਸ ਠੀਕ ਹੈ ਸੈਨੀਟੇਸ਼ਨ ਪੈਡ ਯੂਜ਼ ਕਰਨੇ ਆ ਆਪਣੀ 15 ਸਾਲ ਦੀ ਬੇਟੀ ਤੇ ਮਾਂ ਦਾ ਇੱਕ ਗੁੱਡ ਰਿਲੇਸ਼ਨ ਹੋਣਾ ਚਾਹੀਦਾ ਆਪਦੀ ਬੇਟੀ ਨੂੰ ਗਾਈਡ ਕਰੇ ਮਾਂ ਬੇਟਾ ਆ ਚੀਜ਼ ਯੂਜ਼ ਕਰਨੀ ਹੈ ਆ ਨੁਕਸਾਨੀ ਤੈਨੂੰ ਠੀਕ ਹੈ ਜਿਹੜੀਆਂ ਮਾਮਾ ਭੈਣਾ ਪੜੀਆਂ ਐ ਟੀਚਰਸ ਐ ਉਹ ਆਪਦੀ ਕਲਾਸ ਦੇ ਵਿੱਚ ਸਾਡੀਆਂ ਮਾਮਾ ਭੈਣਾ ਜਿਹੜੀ ਸਾਡੀਆਂ ਜੜੀਆਂ ਬੇਟੀਆਂ 10 ਸਾਲ ਦੀਆਂ ਹੋ ਗਈਆਂ ਉਹਨਾਂ ਦੀ ਏਜ 15 ਤੋਂ 16 ਸਾਲ ਹੋ ਗਈ ਉਹਨਾਂ ਨੂੰ ਸਪੈਸ਼ਲ ਪੀਰੀਅਡ ਲਾ ਕੇ ਬॉयਜ਼ ਨੂੰ ਬਾਹਰ ਕੱਢ ਦਿਓ ਉਹਨਾਂ ਕੁੜੀਆਂ ਨਾਲ ਗੱਲ ਕਰਿਆ ਕਰੋ ਮੈਂ ਸਾਰੇ ਪੰਜਾਬ ਦੇ ਟੀਚਰਸ ਜਿਹੜੀਆਂ ਮੇਰੀਆਂ ਮਾਵਾ ਭੈਣਾ ਸਾਰੇ ਸਕੂਲ ਦੀਆਂ ਆ ਨਾਲ ਮੈਂ ਰਿਸਪੈਕਟੇਬਲ ਆਪਣੇ ਆਪਣੇ ਭਗਵੰਤਾਨ ਜੀ ਨੂੰ ਵੀ ਬੇਨਤੀ ਕਰ ਦੇਣਾ ਮੇਰਾ ਪੁਆਇੰਟ ਸੁਣ ਲਓ ਤੁਹਾਡੀ ਵਾਈਫ ਵੀ ਡਾਕਟਰ ਹੈ ਸਰ ਸਾਰੇ ਸਕੂਲਾਂ ਦੇ ਵਿੱਚ ਆਪਾਂ ਇਹ ਲਾਗੂ ਕਰੀਏ ਵੀ ਜਿਹੜੀ 9ਵੀਂ 10ਵੀਂ ਦੀ ਲੜਕੀ ਹੈ ਠੀਕ ਹੈ 15 ਮਿੰਟ ਹਫ਼ਤੇ ਦੇ ਵਿੱਚ ਬਹੁਤ ਹੈ 15 ਮਿੰਟ ਮੰਗਦਾ ਮੈਂ ਉਹਦੇ ਨਾਲ ਬੱਚੇਦਾਨੀ ਦੇ ਕੈਂਸਰ ਤੇ ਛਾਤੀ ਦੇ ਕੈਂਸਰ ਨੂੰ ਬਹੁਤ ਕੰਟਰੋਲ ਹੋ ਜਾਏਗਾ ਉਹ ਟੀਚਰ ਆਪ ਦਾ ਤਿਆਰਬਾ ਉਹਨਾਂ ਬੇਟੀਆਂ ਨਾਲ ਸੰਜਿਆ ਕਰੀ ਕਿਉਂਕਿ ਸਾਡੀਆਂ ਮਾਵਾਂ ਪਿੰਡਾਂ ਵਾਲੀਆਂ ਬਹੁਤ ਸ਼ਰਮਾਉਂਦੀਆਂ ਗੱਲ ਨਹੀਂ ਕਰਦੀਆਂ ਇਹ ਸ਼ਰਮ ਨੇ ਸਾਨੂੰ ਕੈਂਸਰ ਦੇ ਵਿੱਚ ਧੱਕ ਦਿੱਤਾ ਉਹ ਟੀਚਰ ਆਪਦੀ ਕਲਾਸ ਦੇ ਵਿੱਚ 20 ਲੜਕੀਆਂ ਜੇ ਚੱਲੀ ਹੈ 20 ਬॉयਜ਼ ਨੂੰ ਕੱਢੋ ਬਾਹਰ ਉਹ ਲੜਕੀਆਂ ਨਾਲ ਗੱਲਬਾਤ ਕਰੋ ਠੀਕ ਹੈ ਉਹਨਾਂ ਨੂੰ ਐਜੂਕੇਟ ਕਰੋ ਸਾਥੋਂ ਪਰਚੇ ਮੰਗੋ ਅਸੀਂ ਰਿਸਪੈਕਟੇਬਲ ਸਾਡੇ ਹੈਲਥ ਮਿਨਿਸਟਰ ਸਰਦਾਰ ਬਲਬੀਰ ਸਿੰਘ ਜੀ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਆਪਾਂ ਸਾਰੇ ਸਕੂਲਾਂ 'ਚ ਸਾਡੇ ਪਰਚੇ ਹੋਣੇ ਚਾਹੀਦੇ ਜਿਹੜੇ ਵਰਡ ਕੈਂਸਰ ਦੇ ਆ ਸਾਡੇ ਪ੍ਰਿੰਟ ਹੋਏ ਹੋਏ ਆ ਠੀਕ ਹੈ ਖਾਸ ਕਰਕੇ ਛਾਤੀ ਦੇ ਬੱਚੇ ਤਾਂ ਨਹੀਂ ਦੇ ਕੈਨਸਰ ਦੀ ਉਹਨਾਂ ਸਾਥੋਂ ਅਸੀਂ ਸਾਡੇ ਨਾਲ ਕੋਆਰਡੀਨੇਟ ਕਰੋ ਸਾਡੀਆਂ ਟੀਮਾਂ ਦੇ ਨਾਲ ਆਪਾਂ ਹਰ ਸਕੂਲ ਦੇ ਵਿੱਚ ਭੇਜਦੇ ਆਂ ਵੀ ਐਜੂਕੇਟ ਦਾ ਫਿਊਚਰ ਜੇਨਰੇਸ਼ਨ ਗਾਂ ਵਾਲੀ ਪੀੜ੍ਹੀ ਨੂੰ ਹੀ ਆਪਾਂ ਐਜੂਕੇਟ ਕਰ ਲੀਏ ਉਹ ਬੇਟੀ ਨੂੰ ਦੱਸਿਆ ਜਾਵੇ ਹਾਂ ਫਿਰ ਤੂੰ ਬਚਣਾ ਕਿਵੇਂ ਆ ਯਾਰ ਇਹ ਤਾਂ ਹੋ ਗਿਆ ਪੰਗਾ ਪੈ ਗਿਆ ਦੋਸਤੋ ਇੱਕ ਤਾਂ 15 ਸਾਲ ਦੀ ਲੜਕੀ ਨੂੰ ਵੈਕਸੀਨ ਆਈ ਹੈ ਵੀ ਜਿਹਦੀ ਮਾਂ ਨੂੰ ਕੈਂਸਰ ਸੀ ਤੇ ਉਹਦੀ ਬੇਟੀ ਨੂੰ ਵੈਕਸੀਨ ਬਹੁਤ ਜ਼ਰੂਰੀ ਹੈ ਅੱਗੇ ਆਪਣੇ ਮਾਨਸਾ ਜ਼ਿਲ੍ਹੇ ਦੇ ਵਿੱਚ ਸਟਾਰਟ ਹੋਈ ਸੀ ਪਰ ਪਤਾ ਨਹੀਂ ਕਿਸ ਰੀਜ਼ਨ ਕਰਕੇ ਉਹ ਬੰਦ-ਬੰਦ ਹੋ ਗਈ ਠੀਕ ਹੈ ਠੀਕ ਹੈ ਸਾਡੇ ਇੱਥੇ ਮਿਲਦੀ ਹੈ ਠੀਕ ਹੈ ਸਾਡੇ ਡਾਕਟਰ ਸਾਹਿਬ ਉਹ ਲਿਖ ਵੀ ਦੇਣਗੇ ਠੀਕ ਹੈ ਜੇ ਕਿਸ ਤਰ੍ਹਾਂ ਵੈਕਸੀਨ ਸਾਰੀ ਉਹ ਵਰਤੀ ਜਾਂਦੀ ਹੈ ਠੀਕ ਹੈ ਉਹਦੇ ਤਿੰਨ ਇੰਜੈਕਸ਼ਨ ਆ ਡਾਕਟਰ ਸਾਹਿਬ ਲਿਖ ਰਹੇ ਆ 10000 ਰੁਪਏ ਦੇ ਤਿੰਨ ਇੰਜੈਕਸ਼ਨ ਆ ਜਾਂਦੇ 15 ਸਾਲ ਦੀ ਬੇਟੀ ਦੇ ਲੱਗ ਜੇ ਜਿਹਦੀ ਮਾਂ ਨੂੰ ਬੱਚੇ ਦਾ ਨਹੀਂ ਦਾ ਕੈਂਸਰ ਸੀ ਪਰ ਉਹ ਬੇਟੀ ਬਚ ਜੇਗੀ ਇਹ ਜਾਗਰਤਾ ਇਹਨਾਂ ਚੀਜ਼ਾਂ ਦਾ ਪੂਰਾ ਧਿਆਨ ਰੱਖਿਆ ਕਰੋ ਤੁਸੀਂ ਇਗਨੋਰ ਕਰ ਦਿੰਦੇ ਨੇ ਤੇ ਫਿਰ ਸਾਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਪੰਗਾ ਪੈ ਜਾਂਦਾ ਠੀਕ ਹੈ ਇੱਕ ਤਾਂ ਉਹ ਬੇਟੀਆਂ ਆ ਗਈਆਂ ਜਿਨ੍ਹਾਂ ਦੀ ਮਾਂ ਨੂੰ ਕੈਂਸਰ ਸੀ ਇੱਕ ਦੂਸਰੀਆਂ ਬੇਟੀਆਂ ਇੱਕ ਬੱਚਾ ਪੈਦਾ ਹੋ ਗਿਆ ਦੋ ਪੈਦਾ ਹੋ ਗਏ ਅਗਰ ਕੈਂਸਰ ਆ ਗਿਆ ਯੂਟਰਸ ਦਾ ਕੈਂਸਰ ਆ ਗਿਆ ਪਰ ਡਾਕਟਰ ਸਾਹਿਬ ਦੀ ਐਡਵਾਈਸ ਨਾ ਮੈਡੀਕਲ ਐਡਵਾਈਸ ਨਾ ਅਗਰ ਯੂਟਰਸ ਰਿਮੂਵ ਕਰ ਦਿੱਤੀ ਜਾਵੇ ਤਾਂ ਕੈਂਸਰ ਤੋਂ ਫਿਰ ਵੀ ਜਾਨ ਬਚ ਜਾਂਦੀ ਹੈ ਉਹਨੂੰ ਬਾਹਰ ਕੱਢ ਕੇ ਸੁੱਟ ਦਿਓ ਦੋ ਬੱਚੇ ਹੋਗੇ ਕੀ ਖਾਣਾ ਉਥੇ ਉਤ ਠੀਕ ਹੈ ਉਤੋਂ ਇਹ ਨਹੀਂ ਡਰਨਾ ਨਿਕਾ ਸਮਾ ਡਾਕਟਰ ਸਮ ਆਪ ਕੋ ਸਰ ਰਿਮੂਵ ਕਰ ਦਿਓ ਠੀਕ ਹੈ ਵਿਦ ਮੈਡੀਕਲ ਐਡਵਾਈਸ ਠੀਕ ਹੈ ਪ੍ਰੋਪਰ ਔਨਕੋਲੋਜਿਸਟ ਕੋਲੇ ਜਾ ਕੇ ਇਹ ਝੋਲਾ ਛਾਪ ਡਾਕਟਰਾਂ ਕੋਲੇ ਨਹੀਂ ਨੋ ਗੋ ਟੂ ਪ੍ਰੋਪਰ ਪ੍ਰੋਪਰ ਮੈਡੀਕਲ ਟੀਮ ਹੈ ਜਿਹੜੀ ਜਿਹੜੀ ਔਨਕੋਲੋਜਿਸਟ ਹੈ ਉਹਨਾਂ ਨਾਲ ਡਿਸਕਸ ਕਰਕੇ ਐਂਡ ਉਹਨੂੰ ਰਿਮੂਵ ਕਰਾ ਦਿਓ ਬੱਚੇ ਦਾ ਨਹੀਂ ਰਿਮੂਵ ਕਰਾ ਦਿਓ ਠੀਕ ਹੈ ਐਂਡ ਉਹ ਕੈਂਸਰ ਵੀ ਵਿੱਚ ਨਾਲ ਚਲੇਗਾ ਅਗਰ ਲੇਟ ਹੋ ਗਏ ਇਸ ਸਪਰੈਡ ਸੋ ਫਾਸਟ ਠੀਕ ਹੈ ਇਹ ਸਿਰਫ ਮੇਰੀ ਮਾਂ ਨੂੰ ਭੈਣ ਨੂੰ ਖੁਦ ਪਤਾ ਹੋਣਾ ਚਾਹੀਦਾ ਉਹ ਖੁਦ ਜਾ ਕੇ ਡਾਕਟਰ ਨੂੰ ਦੱਸਦੀ ਹੈ ਨਾ ਕਿ ਮੈਨੂੰ ਆਹ ਪ੍ਰੋਬਲਮਸ ਹੈ ਕਿ ਡਾਕਟਰ ਨੂੰ ਸੁਪਨਾ ਆਉਂਦਾ ਡਾਕਟਰ ਨੂੰ ਕੁਝ ਨਹੀਂ ਪਤਾ ਅਸੀਂ ਖੁਦ ਜਾ ਕੇ ਦੱਸਦੇ ਹਾਂ ਡਾਕਟਰ ਨੂੰ ਕਿ ਮੇਰੇ ਸਿਰ ਦੁਖਦਾ ਜੀ ਮੇਰੇ ਆਹ ਪ੍ਰੋਬਲਮ ਹੈ ਮੇਰੇ ਪੇਟ 'ਚ ਹੈ ਇਸ ਕਰਕੇ ਖੁਦ ਸ਼ੇਅਰ ਕਰੋ ਫੀਮੇਲ ਡਾਕਟਰਸ ਨਾਲ ਠੀਕ ਹੈ ਉਮੀਦ ਹੈ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਅੰਡ ਮੇਰੀ ਇਸ ਗੱਲ ਦੇ ਉੱਤੇ ਪੂਰਾ ਪੈਰਾ ਦੇਣਗੇ ਕਿ ਅਸੀਂ ਪੰਜਾਬ ਦੀਆਂ ਸਾਰੀਆਂ ਬੱਚੀਆਂ ਜਿਹੜੀਆਂ 15 18 ਸਾਲ ਤੱਕ ਐ ਸਾਰਿਆਂ ਨੂੰ ਐਜੂਕੇਟ ਕਰਨਾ ਚਾਹੁੰਦੇ ਆਂ ਅੰਡ ਪਲੀਜ਼ ਸਾਡੀ ਵੱਧ ਤੋਂ ਵੱਧ ਸਪੋਰਟ ਕਰੋ ਅਸੀਂ ਤੁਹਾਡੇ ਨਾਲ ਆ ਠੀਕ ਹੈ ਅਸੀਂ ਪੰਜਾਬ ਸਰਕਾਰ ਦੇ ਨਾਲ ਆ ਸਾਡੇ ਲੋਕ ਆ ਪੰਜਾਬ ਦੇ ਸਾਡੇ ਭੈਣ ਭਰਾ ਅਸੀਂ ਕੋਈ ਵੀ ਜਾਣ ਅਜਾਈ ਨਹੀਂ ਜਾਣਦੇ ਹਾਂਗੇ ਠੀਕ ਹੈ ਅੰਡ ਕੋਈ ਵੀ ਕੁਐਸਚਨ ਹੈ ਲਿਖੀ ਚਲੋ ਸਾਡੇ ਡਾਕਟਰ ਦੇ ਰਿਹਾ ਠੀਕ ਹੈ ਬੱਚੇਦਾਨੀ ਦਾ ਕੈਂਸਰ ਵੀ 100% ਕਿਊਰੇਬਲ ਹੈ ਹੁਣ ਤੁਹਾਨੂੰ ਪੋਜ਼ਿਟਿਵ ਗੱਲ ਕਰ ਦੇਣਾ ਠੀਕ ਹੈ ਬੱਚੇਦਾਨੀ ਰਿਮੂਵ ਹੋ ਗਈ ਤੇ ਤੁਹਾਡਾ ਕੈਂਸਰ ਨਾਲ ਹੀ ਬਾਹਰ ਹੀ ਚਲੇਗਾ ਸੁੱਟਦਾ ਉਸ ਤੋਂ ਬਾਅਦ ਕੀਮੋ ਜਾਂ ਰੇਡੀਓਥੈਰੇਪੀ ਡਾਕਟਰ ਜੋ ਰეკਮੈਂਡ ਕਰਨ ਉਹ ਕਰਵਾ ਲਿਆ ਕਰੋ ਪਰ ਇਹਨਾਂ ਚੀਜ਼ਾਂ 'ਚ ਜਾਣਾ ਨਾ ਪਵੇ ਇਹਨਾਂ ਚੀਜ਼ਾਂ 'ਚ ਨਾ ਜਾਣਾ ਪਵੇ ਪਹਿਲਾਂ ਹੀ 50 ਰੁਪਏ ਖਰਚ ਦਿਓ ਸੈਨੀਟੇਸ਼ਨ ਪੈਡ ਤੇ ਮੁੜ ਕੇ 5 ਲੱਖ ਨਾਲ ਕੁਝ ਨਹੀਂ ਬਣਨਾ ਠੀਕ ਹੈ ਪੈਸੇ ਦੀ ਵੀ ਬਰਬਾਦੀ ਤੇ ਘਰ ਦੇ ਵਿੱਚੋ ਇੱਕ ਬੀਚ ਚੱਲ ਜਾਂਦਾ। ਦੋਸਤੋ ਅਸੀਂ ਇਹ ਅਵੇਰਨੈਸ ਦੀ ਕਿਉਂ ਸਟਾਰਟ ਕੀਤੀ? ਮੈਂ ਜਿਹੜੇ ਘਰਾਂ 'ਚ ਜਾਂਦਾ ਜਦੋਂ ਪੰਜਾਬ ਆਨੈ ਮੈਂ ਉਹ ਕੈਂਸਰ ਪੇਸ਼ੈਂਟ ਦੇ ਘਰ ਜਾਂਦਾ ਜਾਂ ਜਿਹੜੀ ਮਾਂ ਮਰ ਗਈ। ਮੈਨੂੰ ਡਾਕਟਰ ਸਾਹਿਬ ਭੇਜਦੇ ਆ ਤੇ ਦੋ ਬੱਚੇ ਫਿਰਦੇ ਹੁੰਦੇ ਆ ਬਜ਼ੁਰਗ ਮਾਂ-ਬਾਪ ਬੈਠਾ ਹੁੰਦਾ ਘਰੇ ਉਹ ਭੈਣ ਮਰ ਗਈ ਹੁੰਦੀ ਐ ਠੀਕ ਐ। ਤੇ ਉਹ ਘਰ ਰੋਲ ਜਾਂਦਾ। ਉਹ ਘਰ ਦੀਆਂ ਕੰਧਾਂ ਮੈਨੂੰ ਬੋਲ ਕੇ ਦੱਸਦੀਆਂ ਕਿ ਕੁਲਵੰਤ ਸਿੰਘ ਇੱਥੇ ਆਰਥਿਕ ਬਰਬਾਦੀ ਵੀ ਹੋ ਗਈ। ਪੈਸਾ ਵੀ ਉੱਡ ਗਿਆ ਜ਼ਮੀਨ ਦੇ ਕਿੱਲੇ ਤੇ ਗੋਠਾ ਵੀ ਲੱਗ ਗਿਆ ਇਸ ਘਰ ਚ ਇੱਕ ਬੰਦਾ ਬੱਚਿਆਂ ਦੀ ਮਾਂ ਵੀ ਚਲੀ ਗਈ ਆਓ ਉਹਨਾਂ ਮਾਵਾਂ ਨੂੰ ਬਚਾਣਾ ਹੈ World Cancer پوری ਕਮਿਟਡ ਹੈ ਹਾਂ ਜਿਹੜੇ ਐਨ ਆਰ ਆਈ ਵਰਲਡ ਮੈਨੂੰ ਸੁਣ ਰਿਹਾ ਸਾਰਾ WorldCancerCare.co.in WorldCancerCare.co.in ਬੁੱਕ ਇੱਕ ਕੈਂਪ ਸੇਵ ਲਾਈਫ ਇਹਦਾ ਟੈਸਟ ਟੈਪਸਮੇਅਰ ਉਹ ਹਰ ਸਾਲ ਕਰਾਉਣਾ ਚਾਹੀਦਾ ਮੇਰੀ ਉਹ ਮਾਂ ਪੈਣ ਨੂੰ ਅਸੀਂ ਫ੍ਰੀ ਕਰ ਰਹੇ ਹਾਂ ਹਰ ਮਾਂ ਪੈਣ ਨੂੰ ਇਹ ਟੈਸਟ ਫ੍ਰੀ ਦੇ ਰਿਹਾ ਪੈਪਸਮੇਅਰ ਪੀਏਪੀ ਪੈਪ ਸਮੀਰ ਠੀਕ ਹੈ ਪੁੱਛ ਲਿਆ ਕਰੋ ਟੁੱਟੀ ਫੁੱਟੀ ਅੰਗਰੇਜ਼ੀ ਬੋਲ ਕੇ ਮੈਂ ਇਹ ਕਰਾਉਣਾ ਹੈ ਠੀਕ ਹੈ ਤੇ ਸਾਡੀਆਂ ਬਸਾਂ ਚ ਅਸੀਂ ਕਰ ਰਹੇ ਹਾਂ ਸਿੰਪਲ ਟੈਸਟ ਹੈ ਠੀਕ ਹੈ ਤੇ ਪਹਿਲੇ ਹੀ ਪਤਾ ਲੱਗ ਜਾਂਦਾ ਹੈ ਹਰ ਸਾਲ ਕਰਾਉਂਦੇ ਰਹੋ ਛੋਟੀ ਮੋਟੀ ਵੀ ਗੰਡ ਹੈ ਕੋਈ ਖੂਨ ਉਥੇ ਖੁੱਲ ਕੇ ਗੱਲ ਕਰਿਆ ਕਰੋ ਜਖੜਾ ਨਹੀਂਗਾ ਬਿਲਕੁਲ ਨਹੀਂ ਜਖੜਨਾ ਖੁੱਲ ਕੇ ਗੱਲ ਕਰਨੀ ਹੈ ਠੀਕ ਹੈ ਜੇ ਖੁੱਲ ਕੇ ਗੱਲ ਕਰਾਂਗੇ ਤਾਂ ਇਹਨਾਂ ਕੈਂਸਰਾਂ ਨੂੰ ਛਾਤੀ ਤੇ ਬੱਚੇ ਦਾ ਨਹੀਂ ਦਾ ਕੈਂਸਰ ਖਤਮ ਕਰਨਾ ਪੰਜਾਬ ਚੋ ਮੇਰਾ ਸਾਥ ਦਿਓ ਕਿਵੇਂ ਮੇਰੀ ਉਹ ਭੈਣੋਂ ਮੈਨੂੰ ਪੈਸੇ ਦੀ ਲੋੜ ਨਹੀਂ ਜਿ ਤੁਹਾਡੇ ਚ ਜਾਗਰਤਾ ਹੋਣੀ ਜ਼ਰੂਰੀ ਹੈ ਟਾਈਮ ਸਿਰ ਚੈੱਕ ਅਪ ਕਰਾਓ ਪਰ ਇੱਕ ਇੰਟਰਵਿਊ ਦਿੱਤੀ ਸੀ ਮੈਂ ਪਹਿਲਾਂ ਬੜਾ ਰੋਲਾ ਪਿਆ ਸੀ ਮੈਂ ਕਿਹਾ ਪੰਜਾਬ ਦੀ ਔਰਤ ਮੇਰੀ ਮਾਂ ਭੈਣ ਚੁੰਨੀ ਚੈਂਸਰ ਬਿਲੀਟੀ ਫਿਰਦੀ ਹੈ ਛਤਿਆਂ ਨੂੰ ਚੁੰਨੀ ਜੀ ਬਿਲੀਟੀ ਫਿਰਦੀ ਹੈ ਸੋਹਣੀ ਚੁੰਨੀ ਲੈ ਲੈਂਦੀ ਹੈ ਉਹਨੂੰ ਇਹ ਨਹੀਂ ਪਤਾ ਵੀ ਥੱਲੇ ਕੀ ਹੈ ਪਲੀਜ਼ ਚੁੰਨੀ ਚ ਨਹੀਂ ਬਿਲੀਟਣਾ ਚੈੱਕ ਅਪ ਇਨ ਟਾਈਮ ਤੇ ਉਹਨਾਂ ਦੇ ਹਸਬੈਂਡਸ ਨੂੰ ਵੀ ਬੇਨਤੀ ਕਰਦਾ ਉਹ ਤੁਹਾਡੇ ਬੱਚਿਆਂ ਦੀ ਮਾਂ ਹੈ ਇਹ ਤੁਹਾਡਾ ਚੁੱਲ੍ਹਾ ਠੰਡਾ ਹੋ ਜਾਣਾ ਜਿੱਦਣ ਚਲੀ ਗਈ ਪਰ ਤੁਸੀਂ ਹੋਰ ਵਿਆਹ ਕਰਾ ਲੈਣਾ ਨੋ ਉਹਨੂੰ ਸਾਹਮਣਾ ਹੈ ਤੁਹਾਡੇ ਬੱਚਿਆਂ ਦੀ ਮਾਂ ਨੂੰ ਤੁਸੀਂ ਕਹਿਣਾ ਚੈੱਕ ਅਪ ਕਰਾ ਚੱਲ ਸਾਲ ਹੋ ਗਿਆ ਠੀਕ ਹੈ ਸਾਡੇ ਤੁਹਾਨੂੰ ਲੱਗਦਾ 6 ਮਹੀਨੇ ਤੇ ਆਉਣਗੇ ਪੈਪਸਮੇਅਰ 6 ਮਹੀਨੇ ਤੇ ਕਰਨਾ ਸਿੰਪਲ ਟੈਸਟ ਆ ਠੀਕ ਹੈ ਤੇ ਸਾਡੇ ਵਰਡ ਕੈਂਸਰ ਦੇ ਜਲੰਧਰ ਸੈਂਟਰ ਚ ਨਾਨਕਸਰ ਸੈਂਟਰ ਵੀ ਸਾਡਾ ਆਲਮੋਸਟ ਫੁੱਲ ਫਲੈਜ ਤੇ ਹੋ ਜਾਣਾ ਐਂਡ ਅਸੀਂ ਪਾਰਟ ਟਾਈਮ ਖੁੱਲ ਚੁੱਕਿਆ ਦੋਸਤੋ ਕੈਂਸਰ ਇਜ਼ ਕਿਉਰੇਬਲ ਹੱਸੋ ਓ ਲਾਈਨ ਧਿਆਨ ਨਾਲ ਇਫ ਯੂ ਡਿਟੈਕਟ अर्ਲियर ਕਿਵੇਂ ਡਿਟੈਕਟ अर्ਲियर ਜੋ ਗੱਲਾਂ ਕੀਤੇ ਆ ਤੁਹਾਡੇ ਨਾਲ ਇਹਨਾਂ ਤੇ ਪਹਿਰਾ ਦੇਣਾ ਪੂਆ ਠੀਕ ਹੈ ਐਂਡ ਜਿਸ ਦੀ ਮਾਂ ਨੂੰ ਕੈਂਸਰ ਹੈ ਉਹ ਬੇਟੀਆਂ ਨੇ ਐਕਸਟਰਾ ਕੇਅਰਫੁਲ ਹੋ ਜਾਣਾ ਜਿਹੜੀਆਂ 15 ਸਾਲ ਇਹਨੂੰ ਐਨੀ ਸ਼ੇਅਰ ਕਰ ਦਿਓ ਘਰ ਘਰ ਮੇਰੀ ਵੀਡੀਓ ਪਹੁੰਚਾ ਦਿਓ ਐਂਡ ਵਰਡ ਕੈਂਸਰ ਪੂਰੀ ਕਮਿਟਿਡ ਹੈ ਜਿੰਨੀਆਂ ਮਰਜ਼ੀ ਬਸਾਂ ਜਿੰਨੀਆਂ ਮਰਜ਼ੀ ਦਵਾਈਆਂ ਲੈ ਲਓ ਠੀਕ ਹੈ ਕਿਉਂ ਕਿ ਕੈਸੀ ਆਪਦੇ ਧਾਮ ਦੀ ਦਿਸ਼ਾ ਬਦਲੀ ਬੈਠੇ ਆਂ ਜਿਹੜੀ ਗੁਰੂ ਸਾਹਿਬ ਨੇ ਕਿਹਾ ਸੀ ਮਨੁੱਖਤਾ ਦੀ ਸੇਵਾ ਵੀ ਕਿਸੇ ਮਾਂ ਪੈਣ ਨੂੰ ਹਾਂ ਹੁਣ ਤੁਹਾਡੇ ਤੇ ਸਵਾਲ ਆ ਗਿਆ ਚੋਵੇਗੀ ਗੱਲ ਕਿ ਅਸੀਂ ਉਹ ਮਾਂ ਪੈਣ ਨੂੰ ਪਛਾਣਾਂ ਜਿਹੜੀ ਬੱਚਿਆਂ ਦੀ ਕਿਤੇ ਗਰੀਬ ਪਿੰਡ ਦੀ ਔਰਤ ਹੈ ਕਿ ਤੇ ਉਹ ਤਿੰਨ ਬੱਚਿਆਂ ਨੂੰ ਛੱਡ ਕੇ ਮਰਨਾ ਜਾਵੇ ਕਿੰਡਾ ਵੱਡਾ ਪੁੱਤ ਨਾ ਹੋ ਠੀਕ ਹੈ ਇਹ ਤੁਸੀਂ ਇਹਨਾਂ ਦੇ ਉੱਤੇ ਪਹਿਰਾ ਦੇਣਾ ਰਾਈਟ ਇਹਨਾਂ ਚੀਜ਼ਾਂ ਦੇ ਉੱਤੇ ਪਹਿਰਾ ਦੇਣਾ ਇਹ ਤੁਹਾਡੇ ਆਪ ਦੇ ਹੱਥ 'ਚ ਹੈ ਸਰਕਾਰ ਦੇ ਹੱਥ 'ਚ ਨਹੀਂ ਤੁਹਾਡੇ ਹੱਥ 'ਚ ਹੈ ਮੇਰੇ ਹੱਥ 'ਚ ਹੈ ਮੈਂ ਆਪਦੇ ਘਰ ਨੂੰ ਖੁਦ ਠੀਕ ਕਰਨਾ ਮੈਂ ਆਦੀ ਵਾਈਫ ਦੀ ਸਿਹਤ ਦਾ ਖਿਆਲ ਰੱਖਣਾ ਹੈ ਠੀਕ ਹੈ ਇਹ ਮੇਰੀਆਂ ਹਾਂ ਹੈਲਦੀ ਡਾਈਟ ਹਰ ਰੋਜ਼ ਵਾਕ ਕਰਨਾ ਮੇਰੀਓ ਪੈਣੋ ਠੀਕ ਹੈ ਸਟ्रेस ਨਹੀਂ ਲੈਣੀਗੀ ਘਰ 'ਚ ਕਲੇਸ਼ ਨਹੀਂ ਰੱਖਣਾਗਾ ਠੀਕ ਹੈ ਪਿਆਰ ਨਾ ਰਹਿਣਾ ਠੀਕ ਹੈ ਉਹ ਵੀ ਕਈ ਵਾਰੀ ਤੁਹਾਡੇ ਬੋਡੀ ਨੂੰ ਹਿਲਾ ਦਿੰਦਾ ਹੈ ਹਰ ਰੋਜ਼ ਲੜਾਈ ਝਗੜਾ ਕਰਦੇ ਵਿੱਚ ਐਂਡ ਰਿਲੈਕਸ ਜੀ ਜ਼ਿੰਦਗੀ ਜੀ ਹੋਣੀ ਹੈ ਸਿੰਪਲ ਜੀ ਐਂਡ ਮੈਂ ਜਿਹੜੀ ਕਹਿੰਨਾ ਹੈ ਪਲਾਂਟ ਡਾਈਟ ਤੇ ਹੋਣਾ ਹਰੀਆਂ ਸਬਜ਼ੀਆਂ ਆਪ ਵੀ ਜੋ ਕਰਦੇ ਆ ਸਾਰੀਆਂ ਆਪਦੀਆਂ ਹਸਬੰਡ ਨੂੰ ਕਹੋ ਆਪਾਂ ਬੀਜ ਕੇ ਸਬਜ਼ੀ ਠੀਕ ਹੈ ਜਿੰਨੀ ਪਲਾਂਟ 베ਸਡ ਡਾਈਟ ਹੈ ਇਜ਼ ਵੈਰੀ ਗੁੱਡ ਫॉर ਯੂਰ ਹੈਲਥ ਠੀਕ ਹੈ ਇਸ ਤੇ ਆ ਜਿਓ ਠੀਕ ਹੈ ਛਟੇਪਟੇ ਸਵਾਦ ਸਾਰੇ ਛੱਡ ਦਿਓ ਠੀਕ ਹੈ ਐਂਡ ਮੇਰਾ ਸਾਥ ਦਿਓ ਕਿ ਮੈਂ ਮੇਰੀ ਜਿਹੜੀ ਬਰੀ ਜ਼ਿੰਦਗੀ ਜਾਂ ਮੇਰਾ ਸਾਹ ਜਾਂ ਮੇਰੀ ਜਾਨ ਸੌਖੀ ਨਿਕਲ ਸਕੇ ਕਿ ਅਸੀਂ ਪੰਜਾਬ ਦੇ ਵਿੱਚੋਂ ਐਨ ਨਥ ਪਾਲੀ ਕੈਂਸਰ ਦੇ ਠੀਕ ਹੈ ਛਾਤੀ ਤੇ ਬੱਚੇਦਾਨੀ ਦਾ ਅਗਲੇ ਸੰਡੇ ਅਸੀਂ ਬ੍ਰੇਨ ਟਿਊਮਰ ਦੀ ਗੱਲ ਕਰਾਂਗੇ ਕਿ ਬ੍ਰੇਨ ਟਿਊਮਰ ਕਿਉਂ ਹੁੰਦਾ ਤੇ ਤੋਂ ਬਚਣਾ ਕਿਵੇਂ ਹੈ ਦੋਸਤੋ ਇਹਨੂੰ ਮੈਕਸਿਮਮ ਸ਼ੇਅਰ ਕਰ ਦਿਓ ਘਰ ਘਰ ਪਹੁੰਚਾ ਦਿਓ ਅਸੀਂ ਤੁਹਾਡੇ ਨਾਲ ਆ ਪਲੀਜ਼ ਬਾਹਰ ਆ ਕੇ ਚੈੱਕ ਅਪ ਕਰਾ ਲਿਆ ਕਰੋ ਠੀਕ ਹੈ ਜੇ ਤੁਸੀਂ ਲੀਡਰਾਂ ਦੀਆਂ ਰੈਲੀਆਂ ਤੇ ਜਾ ਸਕਦੇ ਹੋ ਸਾਡੇ ਕੈਂਪਾਂ 'ਚ ਕਿਉਂ ਨਹੀਂ ਆਉਂਦੇਗੇ ਠੀਕ ਹੈ ਇਹ ਮੇਰੀ ਬੇਨਤੀ ਆ ਉਹਦੀ ਵਾਈਫ ਨੂੰ ਲੈ ਕੇ ਆਇਆ ਕਰੋ ਇਹ ਮੇਰੀ ਮੈਂ ਤੁਹਾਡਾ ਬੱਚਾ ਭਰਾ ਹਾਂ ਮੇਰੀ ਕੱਲ ਦਾ ਗੁੱਸਾ ਨਹੀਂ ਕਰਨਾ ਮੈਂ ਤੁਹਾਡੇ ਘਰ ਨੂੰ ਬਚਾਉਣ ਲਈ ਤੁਹਾਡੇ ਘਰ ਨੂੰ ਉੱਜੜਨ ਤੋਂ ਬਚਾਉਣ ਲਈ ਬਰਬਾਦੀ ਤੋਂ ਬਚਾਉਣ ਲਈ ਤੁਹਾਡੀਆਂ ਮਿੰਤਾ ਕਰਦਾ ਹਰ ਸੰਡੇ ਕਰਿਆ ਕਰੂੰਗਾ ਪਲੀਜ਼ ਚੈੱਕ ਅਪ ਇਨ ਟਾਈਮ ਇਹੀ ਸੋਲੂਸ਼ਨ ਹੈ ਕੈਂਸਰ ਦਾ ਸਾਰੀ ਦੁਨੀਆ ਦੇ ਵਿੱਚ ਇਹਨੇ ਕਹਿਰ ਮਚਾਇਆ ਪਿਆ ਠੀਕ ਹੈ ਤੇ ਆਪਾਂ ਅਵੇਸਲੇ ਨਹੀਂ ਹੋਣਾ ਚੈੱਕ ਅਪ ਇਨ ਟਾਈਮ ਕਿਸੇ ਨੇ ਵੀ ਕੈਂਪ ਬੁੱਕ ਕਰਨਾ ਹੋਵੇ worldcancercare.co.in ਸਾਡੇ ਸਾਰੀ ਟੀਮ ਦੇ ਨੰਬਰ ਪਏ ਆ ਠੀਕ ਹੈ ਮੈਂ ਕੱਲੇ ਕੱਲੇ ਬੋਲਣ ਨਾਲੋਂ worldcancercare.co.in ਤੇ ਜਾ ਕੇ ਬੁੱਕ ਏ ਕੈਂਪ ਐਂਡ ਸੇਵ ਏ ਲਾਈਫ ਐਂਡ ਦਾਨ ਦੀ ਦਿਸ਼ਾ ਬਦਲੋ ਇਸ ਮਾਂ ਭੈਣ ਨੂੰ ਮੈਂ ਚੈੱਕ ਅਪ ਕਰਾਵਾਂ ਤੇ ਗੁਰੂ ਸਾਹਿਬ ਨੂੰ ਮੇਰੀ ਉਹ ਦਾਨ ਜੋ ਵੀ ਤਿਲ ਫੁੱਲ ਹੈ ਉਹ ਮਨਜ਼ੂਰ ਹੋਏਗਾ ਕਿਉਂਕਿ ਕਿਸੇ ਮਨੁੱਖਤਾ ਮਰ ਰਹੀ ਨੂੰ ਬਚਾ ਰਹੇ ਹਾਂ ਤੁਸੀਂ ਇੱਕ ਜਾਗ ਦੀ ਜੋਗ ਦੀ ਸਰੂਪ ਨੂੰ ਜਿਸ ਤਰ੍ਹਾਂ ਗੁਰੂ ਸਾਹਿਬ ਸਾਡੇ ਗੁਰਗੰਨ ਸਾਹਿਬ ਸ਼ਬਦ ਗੁਰੂ ਆ ਉਹਦੇ ਵਿੱਚ ਬਾਰ ਬਾਰ ਲਿਖਿਆ ਆਓ ਆਪਾਂ ਇਹਨਾਂ ਚੀਜ਼ਾਂ ਤੇ ਪਹਿਰਾ ਦਈਏ ਵਰਡ ਕੈਂਸਰ ਦਾ ਪੂਰਾ ਸਾਥ ਦਿਓ ਸਾਡਾ ਅਸੀਂ ਤੁਹਾਡੇ ਨਾਲ ਆ ਪੰਜਾਬ ਸਾਡਾ ਪਿੰਡ ਹੈ ਪੰਜਾਬ ਸਾਡੇ ਪੇਕੇ ਹੈ ਤੇ ਕਿਸੇ ماں ਭੈਣ ਨੂੰ ਨਹੀਂ ਫਿਰ ਅਸੀਂ ਪੇਕੇ ਤੋਂ ਨਾ ਅਸੀਂ ਠੰਡੀ ਹਵਾ ਹੀ ਆਉ ਤਕਤੀ ਨਹੀਂ ਆਉਣ ਦਦਗੇ ਇਹ ਤੁਹਾਡੇ ਨਾਲ ਵਾਦਾ ਵਰਡ ਕੈਂਸਰ ਦੀ ਸਾਡੀਆਂ ਟੀਮਾਂ ਐਂਡ ਪੂਰੀ ਕਮੇਟੀ ਦਾ ਸਾਰਾ ਸੜਾ ਸਟਾਫ ਠੀਕ ਹੈ ਉਹਨਾਂ ਨੂੰ ਤੁਸੀਂ ਕਾਲ ਕਰਕੇ ਬੁੱਕੇ ਕੈਂਪ ਕੋਈ ਡਵਾਈਸ ਕੁਝ ਵੀ ਪੁੱਛਾਉਨੇ ਹੋ ਉਹ ਤੁਹਾਨੂੰ ਪੂਰੀ ਸਹੀ ਸੁਜੈਸ਼ਨ ਮਿਲੇਗੀ ਤੇ ਸਾਰੇ ਪੈਨਫਰਾਮਾ ਦਾ ਬਹੁਤ ਧੰਨਵਾਦ ਐਂਡ ਹੈਵ ਅ ਨਾਈਸ ਡੇ ਥੈਂਕ ਯੂ